ਗੁਰ ਤੇਗਹਾਦਰ ਸਾਹਿਬ ਨੂੰ ਸ਼ਹੀਦ ਕਰਵਾਉਣ ਵਾਲਾ ਹੰਕਾਰੀ ਔਰੰਗਜ਼ੇਬ ਕਿਵੇਂ ਉਹਦਾ ਤਰਦਨਾਕ ਅੰਤ ਹੋਇਆ ਕਿਵੇਂ پاگل ਹੋ ਕੇ ਤੜਫ ਤੜਫ ਕੇ ਮਰਿਆ ਅੱਖਾਂ ਅੰਦਰ ਤਾਂ ਸੀਗੀਆਂ ਮੋਢੇ ਇਦਾਂ ਹੋ ਗਏ ਸੀ ਲੱਤ ਇੱਕ ਛੁੱਟੀ ਹੋਈ ਸੀ ਸੈਨਿਕਾਂ ਤੋਂ ਬਿਨਾ ਉੱਠ ਨਹੀਂ ਸੀ ਪੌਂਦਾ ਆਪਦੇ ਕਮਰੇ 'ਚ ਦੋ ਤਿੰਨ ਵਾਰ ਡਿੱਗਿਆ ਔਰੰਗਜ਼ੇਬ ਔਰੰਗਜ਼ੇਬ ਦੀ ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਇੰਨਾ ਮਾੜਾ ਹਾਲ ਆ ਉਹਨਾਂ ਦਾ ਕਲਕੱਤੇ ਦੀ ਇੱਕ ਛੁੱਗੀ 'ਚ ਰਹਿੰਦੇ ਨੇ ਜਿਹੜਾ ਕਹਿੰਦਾ ਸੀ ਕਿ ਹਾਂ ਕੌਣ ਗੁਰੂ ਗੋਬਿੰਦ ਹੰਕਾਰ ਨਾਲ ਕਹਤਾ ਕਿ ਛੱਡ ਦੇ ਆਨੰਦ ਪਰ ਸਾਰਾ ਪਰਿਵਾਰ ਸ਼ਹੀਦ ਕਰਵਾਤਾ ਤੇ ਅੱਜ ਉਹਦੀ ਕਬਰ ਤੇ ਕੋਈ ਦੀਵਾ ਜਲਾਉਣ ਆਲਾ ਵੀ ਹੈਗਾ ਕਰੋੜਾਂ ਦਾ ਮਾਲਕ ਔਰੰਗਜ਼ੇਬ ਆਪਦੇ ਆਖਰੀ ਸਮੇਂ 'ਚ ਟੋਪੀਆਂ ਬਨਣ ਲਈ ਮਜਬੂਰ ਕਿਉਂ ਹੋਇਆ ਮਰਨ ਤੋਂ ਪਹਿਲਾਂ ਉਹਨੇ ਆਪਦੇ ਪੁੱਤਰਾਂ ਨੂੰ ਇੱਕ ਖੱਤ ਲਿਖਿਆ ਸੀ ਔਰੰਗਜ਼ੇਬ ਕਹਿੰਦਾ ਮੇਰੀ ਕਬਰ ਕੋਲ ਕੋਈ ਦਰਖਤ ਨਾ ਲਾਇਓ ਛੱਤਿਓ ਨਾ ਮੇਰੀ ਕਬਰ 'ਤੇ ਕਹਿੰਦਾ ਮੈਂ ਪਾਪੀ ਆ ਮੇਰੇ ਵਰਗੇ ਪਾਪੀ ਨੂੰ ਸੂਰਜ ਦੀ ਧੁੱਪ 'ਚ ਸੜਨਾ ਚਾਹੀਦਾ ਇੰਨਾ ਡਰ ਗਿਆ ਸੀ ਉਹ ਆਪਦੇ ਗੁਨਾਹਾਂ ਤੋਂ ਤੇ ਇਹ ਡਰ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਦਿੱਤਾ ਜ਼ਫਰਨਾਮੇ ਦੇ ਉਹ ਸ਼ਬਦਾਂ ਨੇ ਦਿੱਤਾ ਕਿਵੇਂ ਸਿੱਖਾਂ ਨੇ ਤਿੰਨ ਵਾਰ ਔਰੰਗਜ਼ੇਬ ਤੇ ਹਮਲਾ ਕੀਤਾ ਤੇ ਡਰ ਕੇ ਔਰੰਗਜ਼ੇਬ ਨੂੰ ਦਿੱਲੀ ਛੱਡਣੀ ਪਈ ਜਾਮਾ ਮਸਜਿਦ ਦੀਆਂ ਪੌੜੀਆਂ ਤੇ ਸੀ ਔਰੰਗਜ਼ੇਬ ਇੱਕ ਸਿੱਖ ਆਇਆ ਨੰਗੀ ਤਲਵਾਰ ਉਹਦੇ ਹੱਥ 'ਚ ਸੀਗੀ ਔਰੰਗਜ਼ੇਬ ਵੱਲੋਂ ਭੱਜਿਆ 15 ਕਰੋੜ ਲੋਕਾਂ ਤੇ ਰਾਜ ਕਰਨ ਵਾਲਾ ਰਾਜਾ ਜਦ ਮਰਿਆ ਤਾਂ ਕੱਲਾ ਸੀ ਮੈਲਾਂ 'ਚ ਰਹਿਣ ਵਾਲਾ ਔਰੰਗਜ਼ੇਬ ਕਿਵੇਂ ਤੰਬੂਆਂ 'ਚ ਮਰਿਆ ਔਰੰਗਜ਼ੇਬ ਦੇ ਆਖਰੀ ਸ਼ਬਦ ਕੀ ਸੀ ਆਜ਼ਮਾ ਫਸਾਦ ਬਾਗ ਕੀ ਹੈ ਇਹਦਾ ਮਤਲਬ ਇਹ ਸਾਰਾ ਤੁਹਾਨੂੰ ਵੀਡੀਓ 'ਚ ਦੱਸਾਂਗੇ। ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ 24 ਨਵੰਬਰ 1675 ਨੂੰ ਚਾਂਦਨੀ ਚੌਂਕ 'ਚ ਸ਼ਹੀਦ ਕਰਵਾਤਾ। ਸਿੱਖਾਂ ਦੀ ਗਿਣਤੀ ਭਾਵੇਂ ਉਸ ਟਾਈਮ ਤੇ ਥੋੜੀ ਸੀ ਪਰ ਸਿੱਖਾਂ 'ਚ ਰੋਸ ਬਹੁਤ ਸੀ। ਇੱਕ ਸਾਲ 'ਚ ਹੀ ਉਹਦੇ ਤੇ ਤਿੰਨ ਹਮਲੇ ਹੋਏ। ਪਹਿਲਾ ਹਮਲਾ ਚਾਂਦਨੀ ਚੌਂਕ 'ਚ ਹੀ ਹੋਇਆ ਜਦੋਂ ਆਪਦੇ ਕਾਫਲੇ ਨਾਲ ਜਾ ਰਿਹਾ ਸੀਗਾ। ਹਜ਼ਾਰਾਂ ਲੋਕ ਸਿਰ ਚੁਕਾ ਕੇ ਉਹਨੂੰ ਸਲਾਮ ਕਰ ਰਹੇ ਸੀ। ਭੀੜ 'ਚੋਂ ਗੁਰੂ ਦਾ ਇੱਕ ਸਿੱਖ ਨਿਕਲਿਆ। ਉਹਦੇ ਹੱਥ 'ਚ ਡੰਡਾ ਸੀ। ਡੰਡਾ ਬਾਗਮਾ ਮਾਰਿਆ ਔਰੰਗਜ਼ੇਬ ਵੱਲੋਂ ਰੰਗਜੀਤ ਦੇ ਨਹੀਂ ਲੱਗਿਆ ਪਰ ਉਹਦੇ ਸ਼ਾਹੀ ਛਤਰ ਤੇ ਵੱਜਿਆ ਹਿੱਲ ਗਏ ਲੋਕ ਕਿ ਕੌਣ ਆਇਆ ਇਹ ਦੂਜਾ ਹਮਲਾ ਹੋਇਆ ਜਾਮਾ ਮਸਜਿਦ ਜਦੋਂ ਮੱਥਾ ਟੇਕਣ ਗਿਆ ਹੋਇਆ ਸੀ ਰੰਗਜੀਤ ਜਾਮਾ ਮਸਜਿਦ ਦੀਆਂ ਪੌੜੀਆਂ ਤੇ ਸੀ ਰੰਗਜੀਤ ਆਪਦੇ ਸੈਨਿਕਾਂ ਤੇ ਦਰਬਾਰੀਆਂ ਨਾਲ ਇੱਕ ਸਿੱਖ ਆਇਆ ਨੰਗੀ ਤਲਵਾਰ ਉਹਦੇ ਹੱਥ ਵਿੱਚ ਸੀਗੀ ਰੰਗਜੀਤ ਵੱਲ ਨੂੰ ਭੱਜਿਆ ਸੈਨਿਕਾਂ ਨੇ ਫੜ ਲਿਆ ਤੇ ਸਿੱਖ ਰੰਗਜੀਤ ਤੱਕ ਨਹੀਂ ਪਹੁੰਚ ਪਾਇਆ ਤੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਤੀਜਾ ਹਮਲਾ ਹੋਇਆ ਯਮਨਾ ਨਦੀ ਤੇ ਸੈਰ ਕਰ ਰਿਹਾ ਸੀ ਰੰਗਜੀਤ ਕਿਸ਼ਤੀ 'ਚ ਬੈਠਾ ਸੀ ਇੱਕ ਸਿੱਖ ਦੇ ਹੱਥ 'ਚ ਦੋ ਇੱਟਾਂ ਦੋਨੋਂ ਇੱਟਾਂ ਬਗਵੀਆ ਮਾਰੀਆਂ ਰੰਗਜੀਤ ਵੱਲ ਉਹ ਇੱਟਾਂ 'ਚ ਇੱਕ ਇੱਟ ਰੰਗਜੀਤ ਦੇ ਸੰਗਾਸਨ ਤੇ ਲੱਗੀ ਜਿਹੜਾ ਕਿਸਤੀ 'ਚ ਰੱਖਿਆ ਹੋਇਆ ਸੀ ਇੰਨਾ ਕ ਖੋਫ ਖਾ ਗਿਆ ਉਹ ਉਸ ਟਾਈਮ ਤੇ ਕਿ ਉਹਨੂੰ ਦਿੱਲੀ ਛੱਡਣ ਲਈ ਮਜਬੂਰ ਹੋਣਾ ਪਿਆ 1676 'ਚ ਉਹਨੇ ਦਿੱਲੀ ਛੱਡੀ ਤੇ ਦੱਖਣ ਵੱਲ ਚੱਲ ਗਿਆ ਤੇ ਉਹ 31 ਸਾਲ ਆਪਦੇ ਘਰ ਤੋਂ ਦੂਰ ਰਿਹਾ ਤੇ ਮੈਲਾਂ 'ਚ ਰਹਿਣ ਵਾਲਾ ਰਾਜਾ ਇੱਕ ਤੰਬੂਆਂ 'ਚ ਮਰਿਆ ਗੁਰੂ ਸਾਹਿਬ ਨੂੰ ਉਹਨੇ ਘਰ ਛੱਡਣ ਲਈ ਮਜਬੂਰ ਕੀਤਾ ਸੀਗਾ ਆਨੰਦਪੁਰ ਦਾ ਕਿਲਾ ਛੱਡ ਕੇ ਗਏ ਗੁਰੂ ਸਾਹਿਬ ਆਪਣੇ ਪਰਿਵਾਰ ਸਣੇ ਤੇ ਉਹ ਜ਼ਾਲਿਮ ਵੀ 31 ਸਾਲ ਆਪਦੇ ਘਰ ਤੋਂ ਬਾਹਰ ਰਹਾ ਤੇ ਆਖਰੀ ਸਾਹ ਵੀ ਉਹਨੇ ਕਿਸ ਤਰੀਕੇ ਨਾਲ ਲਏ ਕਿ ਉਹ ਕਹਿੰਦਾ ਸੀ ਕਿ ਦੁਸ਼ਮਣ ਨੂੰ ਵੀ ਇਹੋ ਜੀ ਮੌਤ ਨਾ ਆਵੇ ਔਰੰਗਜ਼ੇਬ ਨੇ 49 ਸਾਲ ਰਾਜ ਕੀਤਾ ਭਾਰਤ ਦਾ ਸਭ ਤੋਂ ਅਮੀਰ ਆਦਮੀ ਸੀਗਾ ਉਸ ਟਾਈਮ ਤੇ ਉਹ ਤੇ ਸਭ ਤੋਂ ਤਾਕਤਵਰ ਲੱਖਾਂ ਦੀ ਫੌਜ ਜਿਹੜੇ ਗੈਰ ਮੁਸਲਮ ਹੁੰਦੇ ਸੀਗੇ ਉਹਨਾਂ ਨਾਲ ਦੋ ਹੀ ਗੱਲਾਂ ਕਰਦਾ ਸੀ ਉਹ ਜਾਂ ਤਾਂ ਕਹਿੰਦਾ ਸੀ ਮੁਸਲਮਾਨ ਬਣ ਜਾ ਜਾਂ ਫਿਰ ਇਹਨੂੰ ਮਰਵਾ ਦੋ ਗੁਰੂ ਤੇਗ ਬਹਾਦਰ ਸਾਹਿਬ ਨਾਲ ਵੀ ਉਹਨੇ ਐਂ ਕੀਤਾ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਵੀ ਉਹਦੀ ਸ਼ਾਇਤ ਹੀ ਹੋਈ ਸੀ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਤਦ ਗੁਰੂ ਗੋਬਿੰਦ ਸਿੰਘ ਜੀ ਨੇ 5 ਜਨਵਰੀ 1707 ਨੂੰ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸਫਰਨਾਮਾ ਸਫਰਨਾਮੇ 'ਚ ਗੁਰੂ ਸਾਹਿਬ ਉਹ ਸੌਹਾਂ ਦਾ ਜ਼ਿਕਰ ਕਰਦੇ ਨੇ ਜੋ ਔਰੰਗਜ਼ੇਬ ਖਾ ਕੇ ਮੁੱਕ ਰਿਆ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਤੇਰਾ ਕੋਈ ਦੀਨ ਧਰਮ ਨਹੀਂ ਹੈ ਤੂੰ ਆਪਦੇ ਰੱਬ ਦਾ ਵੀ ਨਹੀਂ ਹੈ ਤੂੰ ਅੱਲਾ ਦਾ ਵੀ ਨਹੀਂ ਹੈ ਫਿਰ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤ ਸ਼ਹੀਦ ਕਰਵਾਤੇ ਮੇਰਾ ਖਾਲਸਾ ਜ਼ਹਿਰੀਲਾ ਸੱਪ ਕੁੰਡਲੀਆਂ ਸੱਪ ਹਜੇ ਜਿਉਂਦਾ ਹੈ ਕਿ ਹਾਸੁੱਦ ਕੇ ਚੂੰਬਾ ਚ ਗਾਂ ਕਸਤੇ ਚਾਰ ਕਿ ਬਾਕੀ ਬੇਮਾਨਦਾਂ ਸਭ ਪੇਚੀ ਦਾ ਮਾਰ ਔਰ ਰੰਗਜੀਤ ਦੇ ਸਾਹਮਣੇ ਉਹਦੇ ਸਾਰੇ ਪਾਪ ਕੋ ਮੰਨ ਲੱਗ ਗਏ ਜੇ ਹੋਰ ਕੋਈ ਮਾਰਦਾ ਔਰੰਗਜੀਬ ਨੂੰ ਜੰਗ 'ਚ ਮਾਰ ਦਿੰਦਾ ਗੁਰੂ ਸਾਹਿਬ ਦੀ ਤਾਕਤ ਦੇਖੋ ਕਿ ਉਹਨਾਂ ਨੇ ਬੰਦਾ ਨਹੀਂ ਮਾਰਿਆ ਉਹ ਬੰਦੇ ਦਾ ਹੰਕਾਰ ਮਾਰਤਾ ਜ਼ਫਰਨਾਮਾ ਪੜਨ ਤੋਂ ਬਾਅਦ ਔਰੰਗਜ਼ੇਬ ਨੂੰ ਆਪਦੇ ਗੁਨਾਹਾਂ ਦਾ ਐਸਾ ਅਹਿਸਾਸ ਹੋਇਆ ਕਿ ਉਹਦਾ ਦਿਮਾਗ ਹਿੱਲ ਗਿਆ ਉਹ ਲਿਖਦਾ ਹੈ ਆਪਦੇ ਪੁੱਤਰਾਂ ਨੂੰ ਲਿਖੇ ਖੱਤ 'ਚ ਉਹ ਲਿਖਦਾ ਹੈ ਕਿ ਮੈਂ ਕੀ ਕੀਤਾ ਸਾਰੀ ਉਮਰ ਅੱਲਾ ਮੇਰੇ ਦਿਲ ਦੇ ਅੰਦਰ ਸੀ ਤੇ ਮੈਂ ਬੇਕਸੂਰਾਂ ਦਾ ਖੂਨ ਡੋਲਦਾ ਰਿਹਾ ਉਹ ਕਹਿੰਦਾ ਇਹ ਜਾਂ ਬਾਦਸ਼ਾਹ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਕਹਿੰਦਾ ਮੈਂ ਪਾਪੀ ਆ ਅੱਖਾਂ ਅੰਦਰ ਤਾਂ ਸੀਗੀਆਂ ਮੋਢੇ ਇਦਾਂ ਹੋ ਗਏ ਸੀਗੇ ਲੱਤ ਇੱਕ ਟੁੱਟੀ ਹੋਈ ਸੀ ਸੈਨਿਕਾਂ ਤੋਂ ਬਿਨਾਂ ਉੱਠ ਨਹੀਂ ਸੀ ਪੌਂਦਾ ਆਪਦੇ ਕਮਰੇ 'ਚ ਦੋ ਤਿੰਨ ਵਾਰ ਡਿੱਗਿਆ ਔਰੰਗਜ਼ੇਬ ਜਦੋਂ ਜਾ ਕੇ ਉਹਦੇ ਘਰ ਵਾਲੀ ਦੇਖਦੀ ਸੀ ਹਲਾਉਂਦੀ ਸੀ ਤਾਂ ਉੱਪਰ ਦੇਖਦਾ ਸੀ ਫਿਰ ਗੁੱਸੇ ਹੋ ਜਾਂਦਾ ਸੀ ਉਹਦੇ ਤੇ ਰੰਗਜੀਤ ਨੇ ਆਪਦੀ ਇੱਕ ਵਸੀਅਤ ਬਣਾਈ ਸੀ ਹਮੀਦੂਦੀਨ ਕੋਲ ਉਹ ਵਸੀਅਤ ਬਣਾ ਕੇ ਗਿਆ ਸੀ ਉਹਦੇ ਚ ਕੀ ਲਿਖਦਾ ਹੈ ਕਿ ਮੇਰੀ ਕਬਰ ਤੇ ਖਰਚਾ ਨਾ ਕੀਤਾ ਜਾਵੇ ਮੈਂ ਪਾਪੀ ਆ ਕਹਿੰਦਾ ਮੇਰੀ ਆਇਆ ਮੇਰੀ ਨੌਕਰ ਦੀ ਜੇਬ ਚ ਮੈਂ 4 ਰੁਪਏ 2 ਅੰਨੇ ਪਾ ਕੇ ਜਾ ਰਿਹਾ ਆ ਆਖਰੀ ਸਮੇਂ ਚ ਜਦੋਂ ਗੁਰੂ ਸਾਹਿਬ ਨੇ ਉਹਨੂੰ ਜ਼ਫਰਨਾਮਾ ਲਿਖਿਆ ਤਾਂ ਉਹਨੂੰ ਅਹਿਸਾਸ ਹੋਇਆ ਕਿ ਕਰੋੜਾਂ ਰੁਪਇਆ ਜਿਹੜਾ ਮੈਂ ਕਮਾਇਆ ਉਹ ਹਰਾਮ ਦੀ ਕਮਾਈ ਹੈ ਤਾਂ ਫਿਰ ਉਹਨੇ ਉਹਨਾਂ ਨਾਲ ਟੋਪੀਆਂ ਬੁਣੀਆਂ ਉਹ ਟੋਪੀਆਂ ਵੇਚ ਕੇ ਉਹਨੂੰ 4 ਰੁਪਏ 2 ਆਨੇ ਮਿਲੇ ਕਹਿੰਦਾ ਇਹ ਮੇਰੇ ਹੱਕ ਦੀ ਕਮਾਈ ਆ ਇਹਦੇ ਨਾਲ ਮੇਰਾ ਕਫਨ ਖਰੀਦਿਆ ਜਾਵੇ ਕਹਿੰਦਾ ਮੇਰੀ ਕਬਰ ਕੱਚੀ ਹੱਟ ਦੀ ਮਿੱਟੀ ਨਾਲ ਬਣਾਈ ਜਾਵੇ ਕੋਈ ਫੁੱਲ ਨਾ ਬਿਸ਼ਾਏ ਜਾਣ ਉੱਪਰ ਔਰੰਗਜੀਬ ਕਹਿੰਦਾ ਮੇਰੀ ਕਬਰ ਕੋਲ ਕੋਈ ਦਰਖਤ ਨਾ ਲਾਇਓ ਛੱਤਿਓ ਨਾ ਮੇਰੀ ਕਬਰ ਨੂੰ ਕਹਿੰਦਾ ਮੈਂ ਪਾਪੀ ਆ ਮੇਰੇ ਵਰਗੇ ਪਾਪੀ ਨੂੰ ਸੂਰਜ ਦੀ ਧੁੱਪ 'ਚ ਸੜਨਾ ਚਾਹੀਦਾ ਜਦੋਂ ਮੈਨੂੰ ਦਫਨਾਇਆ ਜਾਵੇ ਤਾਂ ਮੇਰਾ ਮੂੰਹ ਕਫਨ ਤੋਂ ਬਾਹਰ ਰੱਖਿਆ ਜਾਵੇ ਤਾਂ ਕਿ ਮੈਂ ਅੱਲਾ ਦੀ ਦਰਗਾਹ 'ਚ ਨੰਗੇ ਮੂੰਹ ਜਾਵਾਂ ਤੇ ਮੇਰੇ ਗੁਨਾਹ ਮਾਫ ਹੋ ਜਾਣ। ਐਨਾ ਡਰ ਗਿਆ ਸੀ ਉਹ ਆਪਦੇ ਗੁਨਾਹਾਂ ਤੋਂ ਤੇ ਇਹ ਡਰ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਦਿੱਤਾ। ਜ਼ਫਰਨਾਮੇ ਦੇ ਉਹ ਸ਼ਬਦਾਂ ਨੇ ਦਿੱਤਾ। ਅੱਜ ਵੀ ਜੇ ਉਹਦੀ ਕਬਰ ਦੇਖਾਂਗੇ ਉਹਦੀ ਕਬਰ ਤੇ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ ਹੈਗਾ। ਉਹਨੂੰ ਅੱਜ ਵੀ ਲਾਂਤਾਂ ਪੈਂਦੀਆਂ ਨੇ ਤੇ ਰੈਂਦੀ ਦੁਨੀਆ ਤੱਕ ਉਹਨੂੰ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ। ਔਰੰਗਜੀਤ ਦੀ ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਇੰਨਾ ਮਾੜਾ ਹਾਲ ਆ ਉਹਨਾਂ ਦਾ ਕਲਕੱਤੇ ਦੀ ਇੱਕ ਛੁੱਗੀ ਚ ਰਹਿੰਦੇ ਨੇ ਲੋਕਾਂ ਦੇ ਘਰੇ ਭਾਂਡੇ ਮਾਂਜਣ ਨੂੰ ਮਜਬੂਰ ਨੇ ਉਹਨਾਂ ਦੇ ਘਰ ਦੀਆਂ ਔਰਤਾਂ ਤੇ ਸਰਕਾਰ ਦੀ ਦਿੱਤੀ ਹੋਈ ਪੈਨਸ਼ਨ ਤੇ ਗੁਜ਼ਾਰਾ ਕਰਦੇ ਨੇ ਉਹ ਲੋਕ ਜਿਹੜਾ ਕਹਿੰਦਾ ਸੀ ਕਿ ਹਾਂ ਕੌਣ ਗੁਰੂ ਗੋਬਿੰਦ ਹੰਕਾਰ ਨਾਲ ਕਹਿੰਦਾ ਕਿ ਛੱਡ ਦੇ ਅਨੰਦਪੁਰ ਬੇਕਾਰ ਕਰਤਾ ਗੁਰੂ ਸਾਹਿਬ ਨੂੰ ਸਾਰਾ ਪਰਿਵਾਰ ਸ਼ਹੀਦ ਕਰਵਾਤਾ ਤੇ ਅੱਜ ਕੀ ਕਰ ਰਹੀ ਆ ਉਹਦੀ ਪੀੜ੍ਹੀ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਂਦਾ ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਕਿ ਹਸੀ ਆਸਮਾ ਫਜ਼ਾਦ ਬਾਗ ਇਹ ਉਹਦੇ ਆਖਰੀ ਸ਼ਬਦ ਸੀਗੇ ਇਦਾ ਮਤਲਬ ਕੀ ਸੀ ਕਿ ਮੇਰੇ ਜਾਨ ਦਾ ਹੁਣ ਟਾਈਮ ਆ ਗਿਆ ਏ ਮੈਂ ਜਾਣਾ ਤੇ ਮੇਰੀ ਮੌਤ ਤੋਂ ਬਾਅਦ ਹਨੇਰਾ ਆ ਜਾਊਗਾ ਮੇਰੀ ਮੌਤ ਤੋਂ ਬਾਅਦ ਨਿਰਾਸ਼ਾ ਹੋਊਗੀ ਉਸ ਤੋਂ ਬਾਅਦ ਫਿਰ ਮੁਗਲ ਰਾਜ ਦਾ ਤਖਤਾ ਪਲਟ ਹੋਇਆ ਡੁੱਬਿਆ ਮੁਗਲ ਰਾਜ ਤਖਤ ਦਾ ਉਦੀ ਹਿੱਲ ਗਿਆ ਸੀ ਔਰੰਗਜ਼ੇਬ ਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ ਸੀ ਚਾਂਦਨੀ ਚੌਂਕ ਬਸ ਉਹ ਬਚਿਆ ਹੋਇਆ ਸੀ ਸਿਰਫ ਇਸ ਕਰਕੇ ਕਿਉਂਕਿ ਉਹਦੇ ਹੰਕਾਰ ਨੂੰ ਮਾਰਨਾ ਸੀ ਜੋ ਜ਼ਫਰਨਾਮੇ ਦੇ ਥਰੂ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਤਾਂ ਇਸ ਤਰੀਕੇ ਨਾਲ ਹੋਇਆ ਸੀਗਾ ਇਸ ਜ਼ਾਲਮ ਦਾ ਅੰਤ ਜਿਹੜਾ ਜ਼ੁਲਮਾ ਉਹਨੇ ਹਾਰਨਾ ਹੀ ਹਾਰਨਾ ਹੁੰਦਾ ਹੈ ਔਰੰਗਜੇਬ ਉੱਥੇ ਜਦੋਂ ਸ਼ਿਵਰ ਚ ਰਹਿੰਦਾ ਸੀਗਾ ਕਹਿੰਦੇ 3 ਸਾਲ ਆਪਣੀ ਫੌਜ ਨੂੰ ਤਰਖਾ ਨਹੀਂ ਦੇ ਪਾਇਆ ਤੇ ਇਹ ਟਾਈਮ ਦਾ ਸਭ ਤੋਂ ਜ਼ਿਆਦਾ ਫਾਇਦਾ ਮਰਾਠਿਆਂ ਨੇ ਚੱਕਿਆ ਮਰਾਠਿਆਂ ਨੇ ਮੁਗਲਾਂ ਤੇ ਹਮਲਾ ਕੀਤਾ ਕਹਿੰਦੇ ਇੰਨੀ ਵੱਡਾ ਟੁਕੀ ਹੋਈ ਉਹਨਾਂ ਕੋਲ ਜਗ੍ਹਾ ਵੀ ਨਹੀਂ ਸੀਗੀ ਕਿ ਅਸੀਂ ਦਫਨਾ ਸਕੀਏ ਆਪਣੇ ਸੈਨਿਕਾਂ ਇੱਕ ਟੋਆ ਪੜਦੇ ਸੀ ਕੋਈ ਵੀ ਜਾਨਵਰ ਮਰਦਾ ਉਹਦੇ ਚ ਸੜ ਦਿੰਦੇ ਸੀ ਕੋਈ ਵੀ ਸੈਨਿਕ ਮਰਦਾ ਉਹਦੇ ਸਿਰ ਦਿੰਦੇ ਸੀ ਮਸਕ ਮਾਰਦਾ ਹੀ ਲੋਕਾਂ ਦਾ ਰੋਟੀ ਤੱਕ ਨਹੀਂ ਖਾਦੀ ਜਾਂਦੀ ਸੀ ਇਹ ਹੋਇਆ ਸੀ ਔਰੰਗਜ਼ੇਬ ਦੀ ਸੈਨਾ ਦਾ ਹਾਲ ਜਿਹੜੀ ਫੌਜ ਦੇ ਦਮ ਤੇ ਉਹ ਕਹਿੰਦਾ ਸੀ ਕਿ ਹਾਂ ਕੌਣ ਸਿੱਖ ਖਤਮ ਕਰ ਦੋ ਸਿੱਖਾਂ ਨੂੰ ਉਹ ਫੌਜ ਨੂੰ ਅੱਜ ਦਫ਼ਨ ਹੋਣਾ ਵੀ ਨਸੀਬ ਨਹੀਂ ਸੀ ਹੋ ਰਿਹਾ